ਸਤਿ ਸ਼੍ਰੀ ਅਕਾਲ ਜੀ। ਇਹ ਵੀਡੀਓ ਹੈਗੀ ਆ ਉਹਨਾਂ ਵਿਦਿਆਰਥੀਆਂ ਵਾਸਤੇ ਜਿਹੜੇ ਸਟਾਰਟਿੰਗ ਤੋਂ ਹੁਣ ਸ਼ਾਰਟ ਹੈਂਡ ਸਿੱਖਣਾ ਚਾਹੁੰਦੇ ਆ। ਜੇ ਤਾਂ ਤੁਹਾਡੇ ਨੇੜੇ ਤੇੜੇ ਕੋਈ ਵੀ ਇੰਸਟੀਟਿਊਟ ਹੈਗਾ ਸ਼ਾਰਟ ਹੈਂਡ ਵਾਲਾ ਤਾਂ ਉਸ ਨੂੰ ਜੁਆਇਨ ਕਰ ਲਓ। ਜੇ ਤੁਹਾਡੇ ਕੋਈ ਨੇੜੇ ਇੰਸਟੀਟਿਊਟ ਨਹੀਂ ਹੈਗਾ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਤੁਹਾਨੂੰ ਅਸੀਂ ਮੈਂ ਘਰੇ ਬੈਠੇ ਭਾਵੇਂ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਆ, ਬਹੁਤ ਸਟੂਡੈਂਟ ਪਹਿਲਾਂ ਵੀ ਕਰਦੇ ਪਏ ਆ, ਤੁਹਾਨੂੰ ਘਰੇ ਬੈਠੇ ਹੀ ਸ਼ਾਰਟ ਹੈਂਡ ਪੰਜਾਬੀ ਅਸੀਂ ਸਿਖਾ ਦਾਂਗੇ। ਜੇ ਤੁਸੀਂ ਇੰਗਲਿਸ਼ ਸਿੱਖਣਾ ਚਾਹੁੰਦੇ ਆ ਤਾਂ ਵੀ ਤੁਸੀਂ ਤੁਹਾਨੂੰ ਅਸੀਂ ਆਨਲਾਈਨ ਘਰ ਬੈਠੇ ਸਿਖਾ ਦਾਂਗੇ, ਜਿਹਦੀ 1500 ਰੁਪਏ ਪਰ ਮੰਥ ਫੀਸ ਆ ਤੇ 4 ਮਹੀਨੇ ਵਿੱਚ ਅਸੀਂ ਬੇਸਿਕ ਕਵਰ ਕਰਾਂਗੇ। ਉਹ ਤੁਹਾਡੀ ਮਿਹਨਤ ਤੇ ਡਿਪੈਂਡ ਹੋਏਗਾ ਤੁਸੀਂ ਕਿੰਨੀ ਮਿਹਨਤ ਕਰਦੇ ਹੋ। ਜੇ ਤੁਸੀਂ ਟਾਈਮ ਵਧਾ ਦੋਗੇ ਟਾਈਮ ਘੱਟ ਵੀ ਸਕਦਾ ਹੈ। ਜੇ ਬੱਚਾ 4 ਘੰਟੇ ਲਾ ਰਿਹਾ ਤਾਂ 4 ਮਹੀਨੇ 'ਚ ਉਹ ਕੰਪਲੀਟ ਕਰੇਗਾ। ਜੇ ਉਹ 8 ਘੰਟੇ ਲਾ ਰਿਹਾ ਤਾਂ 2 ਮਹੀਨੇ 'ਚ ਪਹਿਲੀ ਬੁੱਕ ਫਸਟ ਜਿਹੜੀ ਬੇਸਿਕ ਹੈਗੀ ਉਹ ਕਵਰ ਕਰਾ ਦਾਂਗੇ ਤੇ 1500 ਰੁਪਏ ਪਰ ਮੰਥ ਫੀਸ ਹੋਏਗੀ। ਸਵੇਰ 8 ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਮੈਂ ਅਵੇਲੇਬਲ ਰਹੂੰਗਾ। ਮੇਰੇ ਨਾਲ ਬੱਚਾ ਡੇਲੀ ਗੱਲ ਕਰਦਾ ਰਹੂਗਾ, ਵਟਸਐਪ ਤੇ ਮੇਰੇ ਨਾਲ ਗੱਲ ਹੋਊਗੀ, ਵੈਸੇ ਕਾਲਿੰਗ ਵੀ ਡੇਲੀ ਡੇਲੀ ਹਰੇਕ ਬੱਚੇ ਨਾਲ ਮੇਰੀ ਗੱਲ ਹੁੰਦੀ 10-15 ਮਿੰਟ, ਜਿਹਦੇ ਵਿੱਚ ਮੈਂ ਉਹਨੂੰ ਇੱਕ ਵੀਡੀਓ ਲਿੰਕ ਸੈਂਡ ਕਰਦਾ। ਜਦੋਂ ਵੀਡੀਓ ਨੂੰ ਦੇਖਦਾ ਹੈ ਸਮਝਦਾ ਹੈਗਾ, ਜੇ ਕੁਝ ਨਹੀਂ ਪਤਾ ਲੱਗਦਾ ਮੇਰੇ ਨਾਲ ਵਟਸਐਪ ਤੇ ਗੱਲ ਕਰਦਾ ਹੈ। ਫਿਰ ਉਹਦਾ ਜਦੋਂ ਵੀ ਉਹ ਕਹਿੰਦਾ ਮੈਨੂੰ ਪ੍ਰਪੇਅਰ ਹੋ ਗਿਆ, ਮੈਂ ਪੇਜ ਭਰ ਲਿਆ, ਪੈਡਸ ਕਰ ਲਏ, ਫਿਰ ਉਹ ਤਾਂ ਮੈਂ ਟੈਸਟ ਲੈਣਾ ਆ। ਮੇਰੇ ਨਾਲ ਪਰਸਨਲੀ ਉਹ ਡੇਲੀ ਗੱਲ ਕਰਦਾ ਆ ਤੇ ਉਹਨੂੰ ਪ੍ਰੋਪਰ ਫਸਟ ਬੁੱਕ ਅਸੀਂ ਕੰਪਲੀਟ ਕਰਾਉਣੀ ਪੂਰੀ ਤਸੱਲੀ ਨਾਲ ਵੀ ਉਹ ਉਸ ਤੋਂ ਬਾਅਦ ਇਸ ਤਰ੍ਹਾਂ ਨੂੰ ਗਾਈਡ ਕਰਦਾ ਨਾ। ਉਸ ਤੋਂ ਬਾਅਦ ਉਹ ਖੁਦ ਹੀ ਬੰਦਾ ਆਪਦੀ ਸਪੀਡ ਖੁਦ ਹੀ ਬਣਾ ਲੇਗਾ ਉਸ ਪਹਿਲੇ 3-4 ਮਹੀਨਿਆਂ ਵਿੱਚ ਜਦੋਂ ਟੀਚਰ ਦੀ ਲੋੜ ਹੁੰਦੀ ਆ। ਪਹਿਲੀ ਬੇਸਿਕ ਫਸਟ ਬੁੱਕ ਤੱਕ ਇਹ ਪ੍ਰੋਪਰ ਟੀਚਰ ਕੋਲ ਪੜ੍ਹਨਾ ਜ਼ਰੂਰੀ ਹੈ, ਇਸ ਕਰਕੇ ਜੇ ਸੈਂਟਰ ਨੇੜੇ ਹੈਗਾ ਤਾਂ ਜੁਆਇਨ ਕਰ ਲਓ। ਜੇ ਕੋਈ ਇਸ ਤਰ੍ਹਾਂ ਦੀ ਕੁੜੀਆਂ ਹੈਗੀਆਂ ਪਿੰਡਾਂ 'ਚ ਰਹਿ ਰਹੀਆਂ ਜਾਂ ਇਸ ਤਰ੍ਹਾਂ ਕੋਈ ਬਹੁਤ ਡਿਸਟ੍ਰਿਕਟ ਇਸ ਤਰ੍ਹਾਂ ਦੀਆਂ ਹੈਗੀਆਂ ਜਿੱਥੇ ਕੋਈ ਸੈਂਟਰ ਨਹੀਂ ਹੈਗਾ, ਉਹ ਮੇਰੇ ਨਾਲ ਕੰਟੈਕਟ ਕਰਨਗੇ। ਤੁਹਾਨੂੰ ਘਰੇ ਬੈਠੇ ਹੀ ਸ਼ਾਰਟ ਹੈਂਡ ਪੰਜਾਬੀ ਇੰਗਲਿਸ਼ ਦੋਨੋਂ ਅਸੀਂ ਸਿਖਾ ਸਕਦੇ ਹਾਂ ਅਤੇ ਬਸ ਮਿਹਨਤ ਕਰਨੀ ਪੈਣੀ ਹੈ। ਥੋੜ੍ਹਾ ਜਿਹਾ ਮਟੀਰੀਅਲ ਹੈਗਾ, ਕੁਛ ਬੁੱਕਸ ਹੈਗੀਆਂ, ਤੁਸੀਂ ਮੈਨੂੰ ਵਟਸਐਪ 'ਤੇ ਮੈਸੇਜ ਕਰੋਗੇ, ਤੁਹਾਨੂੰ ਉਹ ਬੁੱਕਸ ਮੈਂ ਸੈਂਡ ਕਰ ਦੂੰਗਾ। ਉਸ ਬੁੱਕਸ ਨੂੰ ਪ੍ਰਿੰਟ ਆਊਟ ਕਰਾਉਣਾ ਅਤੇ ਡੇਲੀ ਆਪਾਂ ਡਿਸਕਸ ਕਰਦੇ ਰਹਾਂਗੇ ਅਤੇ ਬੁੱਕ ਨੂੰ ਆਪਾਂ ਕੰਪਲੀਟ ਕਰਾਂਗੇ। ਟਾਈਮ ਹੈਗਾ ਆ, ਮਿਹਨਤ ਕਰੋਗੇ ਤਾਂ ਤੁਹਾਨੂੰ ਮੈਂ 6 ਮਹੀਨਿਆਂ ਵਿੱਚ ਐਕਸਪਰਟ ਕਰ ਦੇਣਾ ਸ਼ਾਰਟ ਹੈਂਡ ਪੰਜਾਬੀ ਦੇ ਵਿੱਚ, ਇੰਗਲਿਸ਼ ਵਿੱਚ ਜੇ ਤੁਸੀਂ ਪੰਜਾਬੀ ਕੀਤੀ ਤਾਂ ਇੰਗਲਿਸ਼ ਸਿਖਾ ਦਾਂਗੇ, ਜੇ ਤੁਹਾਡੀ ਇੰਗਲਿਸ਼ ਕੀਤੀ ਪੰਜਾਬੀ ਕਰਾ ਦਾਂਗੇ। ਜੇ ਦੋਨੋਂ ਨਹੀਂ ਕੀਤੀਆਂ ਬਿਲਕੁਲ ਸਟਾਰਟਿੰਗ ਤੋਂ ਕਰਨਾ ਚਾਹੁੰਦੇ ਆ ਤਾਂ ਕੋਈ ਵੀ ਇੱਕ ਲੈਂਗੁਏਜ ਤੁਸੀਂ ਚੂਜ਼ ਕਰਕੇ ਉਹਨੂੰ ਸਟਾਰਟ ਕਰ ਲਓ। ਸਟੈਨੋ ਟਾਈਪਿਸਟ ਵਾਲੀ ਇੱਕ ਜਿਹੜੀ ਪੋਸਟ ਹੈਗੀ ਉਹ ਫਿਲ ਕਰ ਦਿਓ ਅਤੇ ਨਾਲ ਤਿਆਰੀ ਕਰਦੇ ਰਹੋ ਅਤੇ ਮੇਰੇ ਨਾਲ ਕੰਟੈਕਟ ਕਰੋ, ਤੁਹਾਨੂੰ ਸਟਾਰਟ ਕਰਵਾਉਂਦੇ ਹਾਂ। ਮੇਰੇ ਵਟਸਐਪ ਨੰਬਰ 'ਤੇ ਮੈਸੇਜ ਕਰਨਾ, ਤੁਹਾਨੂੰ ਬੁੱਕ ਸੈਂਡ ਕਰ ਦੂੰਗਾ। ਥੋੜ੍ਹਾ ਜਿਹਾ ਮਟੀਰੀਅਲ ਬੁੱਕ ਸ਼ਾਪ ਤੋਂ ਲੈਣਾ ਪੈਂਦਾ ਅਤੇ ਬਾਕੀ ਸਾਰਾ ਸਾਡਾ ਕੋਰਸ ਇਹ ਯੂਟਿਊਬ 'ਤੇ ਫ੍ਰੀ ਵਿੱਚ ਵੀ ਅਵੇਲੇਬਲ ਹੈਗਾ। ਜੇ ਤੁਸੀਂ ਇਮਾਨਦਾਰ ਹੋ ਤੁਸੀਂ ਖੁਦ ਵੀ ਕਰ ਸਕਦੇ ਹੋ। ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਸੈਂਡ ਕਰੂੰਗਾ, ਉੱਥੋਂ ਤੁਸੀਂ ਖੁਦ ਵੀ ਕਰ ਸਕਦੇ ਹੋ। ਬੁੱਕ ਮੇਰੇ ਤੋਂ ਮੰਗਵਾ ਲੈਣੀ ਆ ਅਤੇ ਤੁਸੀਂ ਆਪਦੀ ਇਮਾਨਦਾਰੀ ਦੇ ਨਾਲ ਉੱਥੋਂ ਖੁਦ ਵਿੱਚ ਫ੍ਰੀ ਵਿੱਚ ਵੀ ਕਰ ਸਕਦੇ ਹੋ। ਪਰ ਜੇ ਮੇਰੇ ਨਾਲ ਕੰਟੈਕਟ ਰੱਖਣਾ, ਮੇਰੇ ਨੂੰ ਡੇਲੀ ਪੁੱਛਣਾ ਹੈ ਕੀ ਕਰਨਾ ਹੈਗਾ, ਤੁਸੀਂ ਕੀ ਲਿਖਦੇ ਹੋ ਕੀ ਕਰਦੇ ਹੋ, ਮੈਨੂੰ ਡੇਲੀ ਸੈਂਡ ਕਰੋਗੇ, ਮੈਂ ਡੇਲੀ ਚੈੱਕ ਕਰੂੰਗਾ, ਟੈਸਟ ਲਾਉਂਗਾ। ਉਹਦੇ ਵਿੱਚ ਫੀਸ ਰੱਖੀ ਗਈ ਆ, ਉਹ 1500 ਰੁਪਏ ਪਰ ਮੰਥ ਫੀਸ ਹੈਗੀ ਆ। ਬੱਚੇ ਕਾਫੀ ਪਹਿਲਾਂ ਵੀ ਸਿਖਾ ਚੁੱਕੇ ਅਤੇ ਹੁਣ ਨਵੀਆਂ ਵੀ ਕਾਲਜ ਬਹੁਤ ਆ ਰਹੀਆਂ, ਸਟਾਰਟ ਕਰ ਰਹੇ ਆ, ਇਸ ਕਰਕੇ ਤੁਸੀਂ ਉਹ ਵੀ ਜੁਆਇਨ ਕਰ ਸਕਦੇ ਹੋ। ਅਤੇ ਜਿਹੜੇ ਬੱਚੇ ਹੈਗੇ ਸਪੀਡ 'ਤੇ, ਉਹਨਾਂ ਵਾਸਤੇ 1000 ਰੁਪਇਆ ਇੱਕ ਵਾਰੀ ਫੀਸ ਲੈਣੀ ਆ। ਉਸ ਗਰੁੱਪ 'ਚ ਤੁਹਾਨੂੰ ਐਡ ਕਰ ਦਾਂਗੇ, ਜੋ ਅਸੀਂ ਆਫਲਾਈਨ ਇੱਥੇ ਬੱਚਿਆਂ ਨੂੰ ਲਿਖਾਉਂਦੇ ਹਾਂ ਉਸ ਗਰੁੱਪ 'ਚ ਤੁਹਾਨੂੰ ਡਾਟਾ ਡੇਲੀ ਮਿਲਦਾ ਰਹੂਗਾ। ਸਿਰਫ ਇੱਕ ਵਾਰੀ ਫੀਸ ਲੈਣੀ ਆ, ਜਿੰਚਰ ਪੇਪਰ ਨਹੀਂ ਹੁੰਦਾ ਲਗਾਤਾਰ, ਤੁਹਾਨੂੰ ਡਿਕਟੇਸ਼ਨ ਅਖਬਾਰ 'ਤੇ ਜਿਹੜੀਆਂ ਆਊਟਲਾਈਨਸ ਅਸੀਂ ਵਾਈਟ ਬੋਰਡ 'ਤੇ ਲਿਖਦੇ ਹਾਂ ਉਹ ਤੁਹਾਨੂੰ ਅਸੀਂ ਡੇਲੀ ਸੈਂਡ ਕਰਦੇ ਰਹਾਂ। ਡੇਲੀ ਅਸੀਂ ਪੂਰਾ ਸੰਪਾਦਕੀ ਪੇਜ ਉਹ 'ਚ 5 ਕਰ ਵਰਡ ਹੁੰਦਾ ਹੈ, ਉਹ ਸਾਰਾ ਡੇਲੀ ਅਸੀਂ ਲਿਖਦੇ ਹਾਂ, ਉਹ ਤੁਹਾਨੂੰ ਅਸੀਂ ਡੇਲੀ ਸੈਂਡ ਕਰਦੇ ਰਹਾਂਗਾ। ਬੇਸਿਕ ਵਾਲੇ ਸਟੂਡੈਂਟਾਂ ਵਾਸਤੇ ਵੀ ਇਦਾਂ ਹੀ ਹੋਏਗਾ। ਜਿਹੜੇ ਪਹਿਲੇ 3-4 ਮਹੀਨੇ ਹੈਗਾ, ਫਸਟ ਬੁੱਕ ਕੰਪਲੀਟ ਹੋਣ ਤੋਂ ਬਾਅਦ ਤੁਹਾਨੂੰ ਅਸੀਂ ਗਰੁੱਪ ਦੇ ਵਿੱਚ ਐਡ ਕਰਾਂਗੇ, ਉਹ ਤੁਹਾਡੇ ਕੋਲ ਡਾਟਾ ਡੇਲੀ ਲਗਾਤਾਰ ਤੁਹਾਨੂੰ ਫ੍ਰੀ ਮਿਲਦਾ ਰਹੂਗਾ। ਜਿੰਨਾ ਤੁਸੀਂ ਜੋਬ ਨਹੀਂ ਲੱਗਦੇ, ਪਹਿਲੀ ਜਿਹੜੀ ਫਸਟ ਬੁੱਕ ਹੈਗੀ ਉਹਦੇ 'ਚ ਟੀਚਰ ਦੀ ਲੋੜ ਹੁੰਦੀ, ਜਿਹਦੇ 'ਚ ਡੇਲੀ ਤੁਹਾਨੂੰ ਉਹ ਚੈੱਕ ਕਰੇਗਾ। ਇਸ ਕਰਕੇ ਪਹਿਲਾਂ ਉਹ ਪੇਅਰਡ ਗਰੁੱਪ ਵੀ ਤੁਸੀਂ ਜੁਆਇਨ ਕਰ ਸਕਦੇ। ਜੇ ਤੁਸੀਂ ਇਮਾਨਦਾਰ ਹੋ, ਉਸ ਵੀਡੀਓ ਨੂੰ ਤੁਸੀਂ ਪੂਰਾ ਸੁਣਦੇ ਹੋ ਤਾਂ ਤੁਹਾਨੂੰ ਖੁਦ ਵੀ ਆਪ ਵੀ ਤੁਸੀਂ ਘਰੇ ਬੈਠੇ ਫ੍ਰੀ ਵਿੱਚ ਵੀ ਸ਼ਾਰਟ ਹੈਂਡ ਸਿੱਖ ਸਕਦੇ ਹਾਂ। ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੋਨਾਂ ਦਾ ਆਪਣੇ ਚੈਨਲ ਹੈਗੇ ਆ, ਸ਼ਾਰਟ ਹੈਂਡ ਪੰਜਾਬੀ ਫੋਰ ਬਿਗਨਰ ਅਤੇ ਸ਼ਾਰਟ ਹੈਂਡ ਪੰਜਾਬ ਇੰਗਲਿਸ਼ ਫੋਰ ਬਿਗਨਰ, ਉਹ ਤੁਹਾਨੂੰ ਲਿੰਕ ਦੇ ਦੂੰ, ਉੱਥੋਂ ਤੁਸੀਂ ਲੈ ਸਕਦੇ ਹੋ। ਬੁੱਕ ਤੁਸੀਂ ਮੈਨੂੰ ਜਦੋਂ ਮਰਜ਼ੀ ਮੇਰੇ ਵਟਸਐਪ ਨੰਬਰ 'ਤੇ ਮੈਸੇਜ ਕਰਕੇ ਉਹ ਬੁੱਕ ਮੰਗਵਾ ਸਕਦੇ ਹੋ। ਠੀਕ ਹੈ ਜੀ, ਥੈਂਕ ਯੂ।